हाँ दोस्तों, मालवा जोन की एक होर नवी वीडियो में तुहाडा बहुत बहुत स्वागत करते हैं। जिदा कि दोस्तों आप सारे जानते हाँ कि सिद्धू मूसेवाले का कतल होए नूं 3 महीने होने वाले हैं, पर अजे तक कोई भी इंसाफ नहीं मिलिया है। सिद्धू मूसेवाले के केस में बहुत सारे कातलों भी गिरफ्तार किया गया है, पर दोस्तों हुण सिद्धू मूसेवाले के पिता जी ने एक होर ही वड्डा खुलासा कर दिता है, जिसनों के जान के हर कोई हैरान हो रहा है। हुणे हुणे सिद्धू मूसेवाले के एक पिता जी की वीडियो आई है, जिस विच उन्होंने वड्डे खुलासे करते हुए कहा है कि समा आने दो, थोड़े दिनों की गल है, मैं कल्ले कल्ले का नाम लेके ਸਾਂਗਾ ਕੌਣ ਕੌਣ ਉਸਦੇ ਪਿੱਛੇ ਹੱਥ ਧੋ ਕੇ ਪਏ ਹੋਏ ਸਨ, ਜੋ ਕਿ ਵੀਡੀਓ ਤੁਸੀਂ ਅੱਗੇ ਆਪ ਹੀ ਦੇਖ ਲਵੋ। ਉਹ ਖਰੇ ਬੰਦੇ ਨਹੀਂ ਸੀ, ਕਿਉਂਕਿ ਕੋਈ ਵੀ 15-20 ਸਾਲ ਦਾ ਬੱਚਾ ਆਪਾਂ ਵਿਦੇਸ਼ ਭੇਜਦੇ ਹਾਂ, ਜਦੋਂ ਉਹ ਦੋਸਤਾਂ ਦੀ ਦੁਨੀਆ 'ਚ ਵਿਚਰਦਾ ਹੈ, ਕਈ ਵਾਰੀ ਉਹਨੂੰ ਨਹੀਂ ਪਤਾ ਹੁੰਦਾ ਵੀ ਜਿਹੜੇ ਦੋਸਤ ਮੈਂ ਬਣਾਈ ਜਾਂਦਾ ਇਹ ਕਿੰਨੇ ਕੁ ਚੰਗੇ ਨੇ, ਇਹ ਕਿੰਨੇ ਕੁ ਖਰੇ ਉਤਰਨਗੇ। ਹਰ ਇੱਕ ਬੰਦੇ ਇਹਨਾਂ ਚੀਜ਼ਾਂ 'ਚ ਗਲਤੀ ਖਾ ਜਾਂਦਾ ਹੈ। ਇੱਥੇ ਸ਼ਾਇਦ ਮੇਰਾ ਬੱਚਾ ਵੀ ਥੋੜ੍ਹਾ ਟੱਪਾ ਖਾ ਗਿਆ, ਉਹਨੂੰ ਨਹੀਂ ਪਤਾ ਲੱਗਿਆ ਵੀ ਜਿਹੜੇ ਤੇਰੇ ਭਰਾ ਬਣੇ ਹੋਏ ਨੇ ਹੁਣ ਇਹੀ ਭਰਾ ਤੇਰੇ ਕੱਲ੍ਹ ਨੂੰ ਦੁਸ਼ਮਣ ਵੀ ਬਣਨਗੇ। ਕਿਉਂਕਿ ਮੇਰਾ ਬੱਚਾ ਇੰਨਾ ਭੋਲਾ, ਉਹਨੇ ਆਪਦਾ ਕਾਰੋਬਾਰ ਕਰਨ 'ਤੇ ਧਿਆਨ ਰੱਖਿਆ, ਆਪਦੇ ਹਿੱਤ ਹੋਣ ਵੱਲ ਧਿਆਨ ਰੱਖਿਆ ਵੀ ਮੈਂ ਫਿਰ ਆਪਦਾ ਕੰਮ ਕੋਈ ਜਗ੍ਹਾ ਬਣਾਵਾਂ ਪੈਰਾਂ 'ਤੇ ਖੜਨ ਜੋਗੀ। ਉਹਨੇ ਤਾਂ ਆਪਦਾ ਕਿਸੇ ਬੈਂਕ 'ਚ ਖਾਤਾ ਵੀ ਨਾ ਖਿਲਾਇਆ। ਉਹਦੇ ਇਸ ਭੋਲੇਪਨ ਨੂੰ ਉਹਦੇ ਨਾਲ ਫਿਰਦੀਆਂ ਗਿਰਜਾਂ ਨੇ, ਜਿਨ੍ਹਾਂ ਦੇ ਮੈਂ ਤੁਹਾਡੇ ਕੋਲ ਨਾਮ ਵੀ ਲਊਂਗਾ, ਸਮਾਂ ਹੁਣ ਦਿਓ ਥੋੜ੍ਹਾ ਜਿਹਾ, ਥੋੜ੍ਹੇ ਦਿਨਾਂ ਦੀ ਗੱਲ ਹੈ, ਸਭ ਕੁਛ ਕਲੀਅਰ ਕਰੂੰਗਾ ਕਿਹਨੇ ਕੀ ਕੀਤਾ। ਮੈਂ ਕਾਫੀ ਰਿਪੋਰਟਾਂ ਸੁਣੀਆਂ ਨੇ।